हां स्टूडेंट्स आज हम मंच मैक बुक ਦੇ ਵਿੱਚੋਂ ਪਾਰਟ ਜੋ ਅਸੀਂ ਚੌਥਾ ਪੜ੍ਹ ਰਹੇ ਹਾਂ ਪਰ ਤਾਂ ਤੱਕ ਦੀ ਤੀਸਰੀ ਵੀਡੀਓ ਕਰਨ ਜਾ ਰਹੇ ਹਾਂ ਪਹਿਲੀਆਂ ਦੋ ਵੀਡੀਓ ਦੇ ਵਿੱਚ ਅਸੀਂ ਜਿਹੜਾ ਉਹ ਅਸੀਂ ਦੇਖ ਲਿਆ ਕਿ ਕਿਸ ਤਰੀਕੇ ਨਾਲ ਜਿਹੜਾ ਦੋ ਮਰਾਸੀ ਸਟੇਜ ਤੇ ਗੱਲਬਾਤ ਕਰਦੇ ਨੇ ਫਿਰ ਦੂਸਰੀ ਵੀਡੀਓ ਦੇ ਵਿੱਚ ਅਸੀਂ ਦੇਖਿਆ ਕਿ ਦੋ ਕਲਾਕਾਰ ਜਿਹੜੇ ਆ ਉਹ ਮਰਾਸੀਆਂ ਨਾਲ ਕਿਸ ਤਰੀਕੇ ਨਾਲ ਗੱਲਬਾਤ ਕਰਦੇ ਨੇ ਹੁਣ ਲਾਸਟ ਵਿੱਚ ਉਹ ਜਿਹੜੇ ਮਰਾਸੀ ਸੀ ਉਹ ਕਲਾੰਕਾਰਾਂ ਦੀ ਟੀਮ ਵਿੱਚ ਆ ਜਾਂਦੇ ਨੇ ਤੇ ਉਹਨਾਂ ਨੇ ਜੋ ਪਿੰਡ ਵਾਲਿਆਂ ਨੂੰ ਇੱਕ ਨਾਟਕ ਜਿਹੜਾ ਸੀ ਉਹ ਪੇਸ਼ ਕਰਨਾ ਸੀ ਉਹ ਨਾਟਕ ਦੀ ਬੈਕਗ੍ਰਾਉਂਡ ਜਿਹੜੀ ਤਿਆਰ ਕਰਕੇ ਆਜੋ ਨਾਟਕ ਜਿਹੜਾ ਸੀ ਪਿੰਡ ਵਾਲਿਆਂ ਵਾਸਤੇ ਕੀ ਸ਼ੋਅ ਕਰਨਾ ਜਾ ਰਹੇ ਨੇ ਇਹਨੂੰ ਅਸੀਂ ਪੜ੍ਹਨਾ ਹੈ ਪੇਜ ਨੰਬਰ ਜਿਹੜਾ ਹੈ ਉਹ 54 ਹੈ ਸੁਣੋ ਇਥੋਂ ਦ੍ਰਿਸ਼ ਦੁਸ਼ਾਹੀ ਪੜ੍ਹਨਾ ਹੈ ਪਹਿਲਾ ਕੰਪਲੀਟ ਹੋ ਗਿਆ ਕਹਿੰਦੇ ਪਰਦਾ ਹੌਲੀ-ਹੌਲੀ ਉੱਠਦਾ ਹੈ ਮੰਚ ਦੇ ਸੱਜੇ ਤੇ ਖੱਬੇ ਦੋ ਘਰ ਬਣੇ ਹਨ ਦਿਸਦੇ ਹਨ ਦੋਹਾਂ ਘਰਾਂ ਦੇ ਦੋਹੇ ਪਾਸੇ ਉਲਟ ਬਣੇ ਹੋਏ ਹਨ ਬੁਹਾਂ ਅੱਗੇ ਮੰਜੇ ਹਨ ਪੀੜੀ ਆਦੀ ਪਏ ਹਨ ਮੋਹਰਲਾ ਖੁੱਲਾ ਵਿੜਾ ਹੈ ਦੋਹਾਂ ਘਰਾਂ ਦੇ ਵਿਚਾਰ ਮੰਚ ਦੇ ਪਿੱਛੇ ਜਿਹੇ ਕਰਕੇ ਗੱਡੇ ਦਾ ਇੱਕ ਟੁੱਟਿਆ ਹੋਇਆ ਜਿਹੜਾ ਪਈਆ ਪਿਆ ਹੈ ਪਈਏ ਦੇ ਪਿੱਛੇ ਇੱਕ ਨਿੱਕਾ ਜਿਹਾ ਟਾਰਾ ਹੈ ਜਿਸ ਵਿੱਚ ਬਜ਼ੁਰਗ ਰਹਿੰਦਾ ਹੈ ਨਕਸ਼ੇ ਤੋਂ ਲੱਗਦਾ ਹੈ ਜਿਵੇਂ ਇਹ ਇੱਕ ਘਰ ਦੇ ਦੋ ਟੁਕੜੇ ਹੋਏ ਹੋਣ ਇਹ ਵਿਚਾਰ ਨਾਲ ਟਾਰਾ ਤੇ ਟਾਰੇ ਦੇ ਮੋਹਰੇ ਪਿਆ ਗੱਡਿਆਂ ਦਾ ਪਈਆ ਦੋਹਾਂ ਘਰਾਂ ਦੀ ਵੰਡ ਨੂੰ ਦਰਸਾਉਂਦੇ ਹੋਏ ਵਿਚਕਾਰ ਜਿਹੇ ਸਾਂਝੇ ਨਿਸ਼ਾਨੀਵਾਂ 'ਚੋਂ ਪੇ ਹਨ ਤੇ ਮੰਚ ਤੇ ਹੌਲੀ-ਹੌਲੀ ਰੋਸ਼ਨੀ ਹੁੰਦੀ ਹੈ ਤੇ ਗੱਡੇ ਦੇ ਪਹੀਏ ਤੇ ਇੱਕ ਬਜ਼ੁਰਗ ਬੈਠਾ ਸਨਵਟਦਾ ਨਜ਼ਰ ਆਉਂਦਾ ਹੈ। ਪਿੱਛੋਂਕੜ ਤੇ ਗੀਤ ਦੀ ਧੁਨੀ ਉੱਪਰਦੀ ਹੈ ਸਾਡਾ ਵਸਦਾ ਰਹੇ ਘਰਬਾਰ ਸਾਡਾ ਵਸਦਾ ਰਹੇ ਘਰਬਾਰ ਸਾਡਾ ਬਣਿਆ ਰਹੇ ਪਿਆਰ ਸਾਡਾ ਬਣਿਆ ਰਹੇ ਪਿਆਰ। ਯਾਨੀ ਇਸ ਪੈਰੇ ਦੇ ਵਿੱਚ ਕੀ ਦਾ ਦੇਖੋ ਜੋ ਅੱਜਕੱਲ ਜੋ ਇੱਕ ਟ੍ਰੈਂਡ ਵੀ ਚੱਲੇਦਾ ਕਿ ਭਰਾ ਭਰਾ ਨਾਲ ਮਿਲ ਕੇ ਨਹੀਂ ਦਿੰਦੇ। ਵਿਆਹ ਹੋ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਵੰਡ ਬੰਡਾਈ ਸ਼ੁਰੂ ਕਰੋ ਜੀ ਮੈਂ ਵੱਖ ਰਹਿਣਾ ਤੁਸੀਂ ਵੱਖ ਰਹਿਣਾ ਕੁਝ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਸੀ ਉਹ ਇਸ ਨਾਟਕ ਦੇ ਵਿੱਚ ਸ਼ੋਅ ਕਰਨ ਦੀ ਕੋਸ਼ਿਸ਼ ਚੱਲ ਰਹੀ ਆ ਤੋ ਇਹਨਾਂ ਦਾ ਇੱਕ ਜਿਹੜਾ ਬਜ਼ੁਰਗ ਆ ਪਿੱਛੇ ਸਾਰੇ ਕੈਰੈਕਟਰ ਜਿਹੜੇ ਆ ਤੁਸੀਂ ਦੇਖੋਗੇ ਇਹ ਨਾਂ ਪੜ ਚੁੱਕੇ ਆ ਪਹਿਲੇ ਕਿਹੜੇ ਕਿਹੜੇ ਕੈਰੈਕਟਰ ਆ ਕਿਹੜੇ ਕਿਹੜੇ ਨਹੀਂ ਇਹ ਤੁਸੀਂ ਦੇਖ ਲਿਓ ਠੀਕ ਆ ਦੋ ਪੁਰਾਣੇ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਦੇ ਕਿ ਮੁੰਡੇ ਬਜ਼ੁਰਗ ਜਿਹੜਾ ਉਹਨਾਂ ਦਾ ਦਾਦਾ ਆ ਠੀਕ ਹੈ ਤਾਂ ਇਹਨਾਂ ਦੇ ਅੱਗੇ ਤੋਂ ਹੁਣ ਸਾਰੀ ਕਹਾਣੀ ਜਿਹੜੀ ਹੈ ਇਸ ਤੋਂ ਬਾਅਦ ਜਿਹੜੀ ਉਹ ਚੱਲਣੀ ਹੈ। ਤਾਂ ਪਹਿਲਾਂ ਤੁਹਾਨੂੰ ਦੱਸਤਾ ਕਿ ਸਟੇਜ ਤੇ ਦੋ ਘਰ ਬੜੇ ਹੋਏ ਨਜ਼ਰ ਆ ਰਹੇ ਨੇ। ਇੱਕ ਖੱਬੇ ਪਾਸੇ ਇੱਕ ਸੱਜੇ ਪਾਸੇ। ਤੋਂ ਇਸ ਤੋਂ ਅੱਗੇ ਦੇਖਨੇ ਆਂ। ਕਹਿੰਦੇ ਗੀਤ ਚਲਦਿਆਂ ਚਲਦਿਆਂ ਹੀ ਸੱਜੇ ਘਰੋਂ ਕਰਤਾਰੀ ਗੁੱਸੇ ਨਾਲ ਨਿਕਲਦੀ ਹੈ ਤੇ ਆਉਂਦੀ ਹੈ ਬਜ਼ੁਰਗ ਵਾਲੇ ਪਾਸੇ। ਢੁੰਡ ਦਾ ਪੱਲਾ ਕਰਕੇ ਠੀਕ ਕਹਿੰਦੀ ਹੈ ਕਰਤਾਰੀ ਸੁਣੋ। ਲਾ ਦੇਖ ਲੈ ਬਾਪੂ ਜੀ। ਹੁਣ ਮੇਰਾ ਕਸੂਰ ਨਾ ਕੱਢੀ। ਕੱਲ ਮੇਰੀ ਕਣਕ ਸੁੱਕਣੇ ਪਈ ਸੀ। ਇਹ ਇਨੀ ਇਨੀ ਨਜ਼ਰ ਲਈ ਪਈ ਧੌਣ ਮੰ ਧੌਣ ਪੱਕੀ ਕੜਕ ਚੋਂ ਮਸਾ 10 ਰੋਟੀ ਆਟਾ ਨਿਕਲਿਆ ਕਹਿੰਦੀ ਕਿ ਦੇਖ ਲੈ ਬਾਪੂ ਜੀ ਹਾਂ ਦੋਨੋਂ ਸੱਜਣ ਤੇ ਸੁੰਦਰ ਜੜੇ ਆ ਆਪਣੇ ਖੇਤਾਂ ਨੂੰ ਗਏ ਹੋਏ ਨੇ ਤੇ ਘਰ ਵਿੱਚ ਕਰਤਾਰੀ ਤੇ ਸੰਤੀ ਕਰਤਾਰੀ ਵੱਡੇ ਦੀ ਹੈ ਘਰ ਵਾਲੀ ਤੇ ਸੰਤੀ ਛੋਟੇ ਦੀ ਘਰ ਵਾਲੀ ਜਿਹੜੀ ਹੈਗੀ ਆ ਤੇ ਦੋਨੋਂ ਆਪਸ ਵਿੱਚ ਲੜਦੀਆਂ ਨੇ ਤੇ ਲੜ ਕੇ ਜਿਹੜੀ ਗੱਲ ਜਿਹੜੀ ਬਾਪੂ ਨੂੰ ਸੁਣਾਉਂਦੀਆਂ ਨੇ ਵੱਡੀ ਕੀ ਕਹਿੰਦੀ ਹੈ ਕਰਤਾਰੀ ਕਿ ਦੇਖ ਲੈ ਬਾਪੂ ਕੱਲ ਮੈਂ ਤੌਣ ਮਨ ਜਿਹੜੀ ਕਣਕ ਜਿਹੜੀ ਸੀ ਕਹ ਲਓ ਕਿ 20 ਕਿਲੋ ਕਣਕ ਜਿਹੜੀ ਸੀ ਸੁੱਕਣੇ ਪਾਈ ਸੀ ਫੋਰ ਐਗਜ਼ਾਮਪਲ ਤੇ ਮਸਾ ਅੱਧੇ ਸਿਰ ਆਟਾ ਨਿਕਲਿਆ ਮਤਲਬ ਕਿ ਉਹਦੇ ਜੋ ਅੱਧਾ ਆਟਾ ਜਿਹੜਾ ਉਹ ਨਿਕਲਿਆ ਇਹ ਬਾਪੂ ਨੂੰ ਕਹ ਕੇ ਸੁਣਾਉਂਦੀ ਆ ਦੂਜੇ ਪਾਸੇ ਸੰਤੀ ਕੀ ਕਹਿੰਦੀ ਹੈ ਠੇਖਾਂ ਗੱਲਾਂ ਹੁੰਦੀਆਂ ਨੂੰ ਵੱਡੇ ਸਰਦਾਰ ਨੇ ਨੂੰ ਆਖੇ ਨਜ਼ਰ ਨੇ ਲਾਈ ਨੀ ਗੱਲ ਤੋਂ ਕਿ ਕੋੜ ਮੀਂਹ ਵਾਂਗੂ ਮੈਂ ਵਾਂਗੂ ਝਾਕਦੀ ਸੀ ਜਦ ਮੈਂ ਬਾੜੇ ਚੋਂ ਧਾਰ ਚੋ ਕੇ ਆਈ ਸੀ ਮੱਖਾਂ ਬਾਪੂ ਜੀ ਭਰੀ ਬਾਲਟੀ ਦੁੱਧ ਦੀ ਬਿੱਲੀ ਮੂੰਹ ਲਾ ਗਈ ਇਹ ਤਾਂ ਤੀਰ ਛੱਡਿਆ ਇਹਨੇ ਵੱਡੀ ਰਕਾਨ ਨੇ ਆਖੇ ਤਮ ਤੋਂ ਕਿਸੇ ਕੀ ਤਰਫ ਦੇਖਦੇ ਨਹੀਂ ਚਲਿਤ ਰੋ ਕਹਿੰਦੀ ਬਾਪੂ ਜੀ ਇਹ ਕਹਿੰਦੀ ਮੈਂ ਕਿਸੇ ਦਿਵਲ ਦੇਖਦੇ ਨਹੀਂ ਕੱਲ ਮੈਂ ਭਰੀ ਬਾਲਟੀ ਦੁੱਧ ਦੀ ਲਿਆਂਦੀ ਸੀ ਨਾ ਤੇ ਕਹਿੰਦੀ ਇਹਦੀ ਨਜ਼ਰ ਲਾ ਕੇ ਤੇ ਭਰੀ ਬਾਲਟੀ ਦੁੱਧ ਜਿਹੜਾ ਸੀ ਬਿੱਲੀ ਮੂੰਹ ਲਾ ਗਈ ਝੂਠਾ ਕਰ ਗਈ ਉਹਨਾਂ ਤੇ ਮੈਨੂੰ ਉਹ ਦੁੱਧ ਜਿਹੜਾ ਸੀ ਸਾਰਾ ਰੋੜਨਾ ਪਿਆ ਡੋਲਣਾ ਪਿਆ ਤੇ ਕਹਿੰਦੀ ਹਮ ਤੋਂ ਕਿਸੇ ਕੀ ਤਰਫ ਦੇਖਦੇ ਨਹੀਂ ਵੱਡੀ ਆਈ ਚਲਿਤਰੀ ਇਹ ਸੰਤੀ ਤੇ ਕਰਤਾਰੀ ਆਪਸ ਵਿੱਚ ਦੋਨੋਂ ਜਿਹੜੀਆਂ ਗੱਲਾਂ ਕਰਦੀਆਂ ਨੇ ਕਰਤਾਰੀ ਮੂ ਸੰਭਾਲ ਕੇ ਗੱਲ ਕਰਨੀ ਆ ਆ ਬਾਪੂ ਜੀ ਦੀ ਸ਼ਰਮ ਖਾਈ ਜਾਂਦੀ ਆ ਨਹੀਂ ਤਾਂ ਗੁੱਤ ਨਹੀਂ ਪੁੱਟ ਕੇ ਹੱਥ ਫੜਾ ਦੇਵਾਂਗੇ ਇੱਕ ਕਰਤਾਰੀ ਦੇ ਸ਼ਬਦ ਸੀ ਤੇ ਸੰਤੀ ਕੀ ਬੋਲਦੀ ਆ ਮੈਂ ਵੀ ਤੋੜ ਦਿਆਂ ਆ ਮੈਂ ਵੀ ਤੋੜ ਦੇ ਦਿੰਦੂ ਅੱਖਾਂ ਚ ਵੱਡੀ ਥਾਰੇ ਨਾਲ ਨੇ ਥਾਣੇਦਾਰ ਨਹੀਂ ਚੁਦਰਾਣੀ ਬਣੀ ਫਿਰਦੀ ਐ ਕਿ ਆਖੇ ਕਿ ਆ ਪਿੱਦੀ ਆਖਿਆ ਪਿੱਦੀ ਦਾ ਸੋਰਬਾ ਕਹਿੰਦੀ ਕਿ ਮੈਂ ਵੀ ਜਿਹੜੀਆਂ ਅੱਖਾਂ ਜਿਹੜੀਆਂ ਉਹ ਪਣ ਦੇਵਾਂਗੀ ਵੱਡੀ ਥਾਣੇਦਾਰ ਨਹੀਂ ਬਣਿਆ। ਕੀ ਪਿੱਦੀ ਪਿੱਦੀ ਮਤਲਬ ਉਸ ਨੂੰ ਇੱਕ ਛੋਟਾ ਸ਼ਬਦ ਕਿਹਾ ਗਿਆ ਕਿਹਾ ਗਿਆ। ਕੀ ਪਿੱਤੀ ਦਾ ਸੋਬਰਾ ਸੋਬਰਾ ਯਾਨੀ ਕਿ ਉਹਦਾ ਘਰ ਬਾਰੇ ਨੂੰ ਕਿਹਾ ਗਿਆ ਹੈ। ਕਰਤਾਰੀ ਕਹਿੰਦੀ ਨਹੀਂ ਮੈਂ ਤੈਨੂੰ ਦੱਸਦਾ। ਸੰਤੀਵਲ ਹੁਣ ਲੱਗਦੀ ਹੈ ਕਿ ਬਜ਼ੁਰਗ ਜਿਹੜਾ ਹੁਣ ਤੱਕ ਅ ਅਹਿਸਾਬ ਮਰਦਾ ਵਿੱਚ ਖੜਾ ਸੀ ਅਚਾਨਕ ਪੜਪੜਦਾ ਹੈ। ਕਹਿੰਦਾ ਉਹ ਸ਼ਰਮਣੀਆਂ ਦੀ ਤੁਹਾਨੂੰ ਆ ਧੋੜੀ ਧੋਲ ਦਾੜੀ ਦਾ ਲਿਆਜ ਕਰੋ। ਜਾਓ ਆਪਣਾ ਆਪਣਾ ਕੰਮ ਕਰੋ। ਦੋਵੇਂ ਇੱਕ ਦੂਜੇ ਵੱਲ ਕੋੜ-ਕੋੜ ਝਾਂਕਦੇ ਆਂ ਅੰਦਰ ਜਾਂਦਿਆਂ ਨੇ ਬਜ਼ੁਰਗ ਉਦਾਸ ਮੰਦਰਾ ਵਿੱਚ ਹੌਲੀ-ਹੌਲੀ ਤੁਰਦਾ ਆਪਣੇ ਢਾਰੇ ਵੱਲ ਜਾਂਦਾ ਹੈ ਢਾਰਾ ਮਤਲਬ ਉਹਨੂੰ ਜਿਹੜਾ ਕਿਉਂਕਿ ਉਹ ਬਜ਼ੁਰਗ ਜਿਹੜਾ ਸੀ ਨਾ ਸੱਜਣ ਵਾਲਾ ਹੁੰਦਾ ਸੀ ਨਾ ਸੁੰਦਰਾ ਲੱਗਦਾ ਸੀ ਉਹ ਇੱਕ ਵੱਖਰਾ ਛੋਟਾ ਜਿਹਾ ਢਾਰਾ ਇੱਕ ਝੌਂਪੜੀ ਜਿਹਾ ਬਣਾ ਕੇ ਉੱਥੇ ਰਹਿੰਦਾ ਸੀ ਉਹ ਢਾਰੇ ਵੱਲ ਚੱਲਦਾ ਪਿੱਛੋਂ ਫਿਰ ਕੀਤ ਜਿਹੜਾ ਉਹ ਸਾਡਾ ਵਸਤਾ ਰਿਹਾ ਘਰਬਾਰ ਤਾਂ ਇਹ ਜਿਹੜਾ ਉਸ ਦਿਨ ਦਾ ਜਿਹੜਾ ਦੁਪਹਿਰ ਦਾ ਸੀਨ ਸੀ ਉਹ ਖਤਮ ਹੋ ਗਿਆ ਦ੍ਰਿਸ਼ ਤੀਸਰਾ ਹੁਣ ਪ੍ਰਭਾਤ ਵੇਲਾ ਯਾਨੀ ਕਿ ਸਵੇਰ ਸਾਰ ਦਾ ਵੇਲਾ ਹੈ ਟੜਕੇ-ਟੜਕੇ ਦਾ ਅਗਲੇ ਦਿਨ ਚਿੜੀਆਂ ਦੀ ਚੁਣਕਣ ਦੀ ਆਵਾਜ਼ ਆ ਪਛੋਕੜ ਤੋਂ ਬਲਦਾਂ ਦੇ ਪੱਲਿਆਂ ਦੀ ਬਲਦਾਂ ਦੀਆਂ ਟੱਲੀਆਂ ਟਰੈਕਟਰਾਂ ਦੇ ਚੱਲਣਾਂ ਦੀ ਆਵਾਜ਼ ਆਉਂਦੀ ਆ ਬਜ਼ੁਰਗ ਦੇ ਢਾਰੇ ਵਿੱਚੋਂ ਹੌਲੀ-ਹੌਲੀ ਪਾੜਤੀ ਆਵਾਜ਼ ਆ ਰਹੀ ਆ ਸੱਜਣ ਤੇ ਸੁੰਦਰ ਦੋਵੇਂ ਆਪਣੇ-ਆਪਣੇ ਘਰਾਂ ਦੇ ਚੌਕੇ ਵਿੱਚ ਚੌਕੇ ਵਿੱਚ ਬੈਠੇ ਰੋਟੀ ਖਾ ਰਹੇ ਨੇ ਤੇ ਮੰਚ ਦੇ ਦੋਵੇਂ ਪਾਸਿਓਂ ਇੱਕੋ ਵੇਲੇ ਇੱਕੋ ਜਿਹਾ ਕਾਰਜ ਚੱਲ ਰਿਹਾ ਯਾਨੀ ਕਿ ਸਵੇਰ ਦਾ ਟਾਈਮ ਚੱਲ ਰਿਹਾ ਦੋਨੋਂ ਪਾਸੇ ਰੋਟੀ ਜਿਹੜੀ ਸਵੇਰ ਦੀ ਖਾਤੀ ਜਾ ਰਹੀ ਹੈ ਭਾਪ ਕਰਤਾਰੀ ਤੇ ਸੰਤੀ ਆਪਣੇ ਆਪਣੇ ਘਰ ਵਾਲਿਆਂ ਨੂੰ ਰੋਟੀ ਖਵਾ ਰਹੀਆਂ ਹਨ ਤੇ ਦੋਵੇਂ ਪਾਸੇ वार्तालाਪ ਜਿਹੜੀ ਇਕੱਠੀ ਚੱਲ ਰਹੀ ਹੈ ਹੁਣ ਇੱਕ ਪਾਸੇ ਕਰਤਾਰੀ ਹੈ ਉਹ ਸੱਜਣ ਨਾਲ ਕੀ ਗੱਲਬਾਤ ਕਰਦੀ ਹੈ ਸੁਣੋ ਸੰਧਿਆ ਦੀਪੇ ਦੇ ਬਾਪੂ ਕੋਲੀ ਵਿੱਚ ਕੋਲੀ ਵਿੱਚ ਸਬਜੀ ਹੋਰ ਪਾਉਂਦੀ ਹੋਈ ਕੱਲ ਫੇਰ ਇਹਨੇ ਆੜਾ ਲਾ ਲਿਆ ਨਾ ਅੱਗਾ ਵੇਖਿਆ ਨਾ ਪਿੱਛੇ ਮੈਂ ਤਾਂ ਅੱਕੀ ਪਈ ਸੀ ਇਸ ਰੋਜ਼ ਰੋਜ਼ ਦੇ ਕਲੇਸ਼ ਤੋਂ ਸੱਜਣ ਤੂੰ ਕਿਸੇ ਵੇਲੇ ਤਾਂ ਰਾਮ ਨਾਲ ਬੈ ਲਿਆ ਕਰ ਹੁਣ ਪ੍ਰਭਾਤ ਵੇਲਾ ਆ ਇਹ ਰਾਮ ਕਹਾਣੀ ਛੱਡ ਦੇ ਨਾ ਛੇੜ ਕਹਾਣੀ ਛੇੜ ਬੈਠੀ ਆ ਕਰਦਾਰੀ ਤੈਨੂੰ ਲੱਗਦੀ ਆ ਰਾਮ ਕਹਾਣੀ ਇੱਥੇ ਜਿਹੜਾ ਰੋਜ 라ਵਣ ਨਹੀਂ ਲਾ ਹੁੰਦੀ ਆ ਉਹ ਤਾਂ ਪਤਾ ਤੈਨੂੰ ਸਾਰਾ ਦਿਨ ਸੂਈ ਕੁੱਤੀਆਂ ਵਾਂਗੂ ਕੁਰਲ ਕੁਰਲ ਕਰਦੀ ਫਿਰਦੀ ਆ ਤੇ ਤੇਰੀ ਇਹ ਵੱਟੀ ਖੇਚਲੀ ਪਰਜਾਈ ਸੱਜਣਾ ਵੇ ਤੂੰ ਕਿਸੇ ਨਾਲੋਂ ਘਟ ਆ ਮੈਂ ਜਾਣਦਾ ਹਾਂ ਤੁਸੀਂ ਦੋਵੇਂ ਟੂਆਂ ਪੁੱਟ ਕੇ ਦੱਬਣ ਵਾਲਿਆਂ ਆਂ ਅੱਖੇ ਜੀ ਸੱਕੀਆਂ ਪਹਿਣਾ ਘਰ ਚੋਂ ਲੈ ਆਓ ਅਗੂ ਜਵਾਲਾ ਦਾ ਤੂਫਾਨ ਬਣਿਆ ਰਹੂ ਇਹ ਸਕੀਆਂ ਸੌਕਣਾ ਨੂੰ ਟੱਪ ਗਿਆ ਨੇ ਐਕਚੁਅਲੀ ਇਹ ਕਰਤਾਰੀ ਤੇ ਸੰਤੀ ਜਿਹੜੇ ਦੋਨੋਂ ਸਕੀਆਂ ਪੈਣਾ ਦੇ ਹੱਲ ਹਾਂਜੀ ਇਹ ਹੁਣ ਕਹਿ ਰਹੀ ਸੀ ਦੂਜੇ ਪਾਸੇ ਸੰਤੀ ਕੋਲੀ ਚ ਕੋਲੀ ਚ ਕਿਉਂ ਪਾਉਂਦੀ ਹੋਈ ਪਹਿਲੇ ਪਾਸਾ ਦਰਸ਼ਨ ਪੜ ਲਿਆ ਤੇ ਦੂਸਰੇ ਪਾਸੇ ਕੀ ਚੱਲਦਾ ਕੋਲੀ ਚ ਕਿਉਂ ਪਾਉਂਦੀ ਹੋਈ ਲੈ ਫੇਰ ਨਾ ਕਹੀਂ ਰੱਬ ਦੇ ਆ ਬੰਦੇ ਆ ਭਈ ਪਹਿਲਾਂ ਨਹੀਂ ਦੱਸਿਆ ਮੈਂ ਤਾਂ ਉਹਦੀ ਕੰਜਰੀ ਦੀ ਉਹ ਬਾਤ ਕਰਨੀ ਸੀ ਭਈ ਉਸਤਾ ਯਾਰ ਤੱਕ ਯਾਦ ਰੱਖੀ ਭਈ ਸੰਤੀ ਸੇ ਬਾਸਤਾ ਪੜਾਤਾ ਸੁੰਦਰਾ ਫੇਸ ਸ਼ੁਰੂ ਕਰ ਲਿਆ ਕਿ ਸਾਹ ਹਿੰਦ ਪੰਜਾਬ ਦਾ ਮੱਖਾਂ ਦੋ ਘੜੇ ਰਮਾਨ ਨਾਲ ਵੀ ਬਹਿ ਲਿਆ ਕਰੋ ਤੁਸੀਂ ਕਿਹੜੀ ਲੰਕਾ ਵੜਾਣੀਆਂ ਵੀ ਸਾਰਾ ਦਿਨ ਹੂੰ ਰਾਤ ਨੂੰ ਹੁੰਦਿਆਂ ਰਹਿੰਦੇ ਆ ਨਾ ਤੁਸੀਂ ਉਹ ਕਹਿੰਦਾ ਤੁਸੀਂ ਕਿਉਂ ਜੋ ਵੀ ਕੈਂਡ ਜਿਹੜੇ ਲੜਾਈ ਪਾਈ ਰੱਖਦੇ ਹੋ ਦੋ ਘੜੇ ਰਮਾਨ ਨਾਲ ਵੀ ਬਹਿ ਲਿਆ ਕਰੋ ਸੰਤੀ ਕਹਿੰਦੀ ਆ ਨਾ ਅਜੇ ਕਸਰ ਹੈ ਦੁੱਧ ਪੁੱਤ ਨੂੰ ਦੇਖ ਕੇ ਉਹਨੇ ਸਿਖਾਉਂਦੀ ਸਾਰਾ ਦਿਨ ਕੋੜ ਕੋੜ ਝਾਗਦੀ ਰਹੂ ਆ ਬਾਪੂ ਜੀ ਦੀ ਸ਼ਰਮ ਮਾਰ ਕੀ ਨਹੀਂ ਤੇ ਗੁੱਤਨੀ ਕਿਹੜਾ ਨਾ ਕੱਲ ਹੱਥ ਚ ਫੜਾਂਦੀ ਸੁੰਦਰ ਕੋਈ ਅਕਲ ਦੀ ਗੱਲ ਕਰੋ ਕਿਉਂ ਸਾਰੇ ਪਿੰਡ ਨੂੰ ਬਤਨਾਮੀ ਖੱਟਣ ਵਾਲਾ ਕੰਮ ਕਰਦੀ ਹੋ ਇਸ ਘਰ ਚੋਂ ਕਦੇ ਉੱਚੀ ਆਵਾਜ਼ ਨਹੀਂ ਸੀ ਨਿਕਲੀ ਲੋਕਾਂ ਨੇ ਸਾਡੇ ਹੱਲ ਚੁਪਕੀਆਂ ਪਾਈ ਹੋਈ ਸੀ ਹੁਣ ਮੈਨੂੰ ਲੱਗਦਾ ਬੋਲ ਬੁਲਾ ਰਹੇ ਆ ਪਾਉਗੇ ਕਹਿੰਦਾ ਲੋਕਾਂ ਨੇ ਸਾਡੇ ਘਰ ਚੋਂ ਮਤਲਬ ਕਿ ਹੱਲ ਜਿਹੜੀ ਸੀ ਚੁਪਕੀਆਂ ਮਤਲਬ ਕਿ ਘਰ ਬੜਾ ਸ਼ਾਂਤ ਆ ਇਹ ਬਾਈ ਸੀ ਪਰ ਕੰਦਾ ਤੁਹਾਡੇ ਆਂਤ ਬਾਅਦ ਮੈਨੂੰ ਲੱਗਦਾ ਲੋਕੀ ਹੁਣ ਬੋਲ ਬਰਾ ਰਹੇ ਜਿਹੜੇ ਸਾਡੀ ਗੱਲ ਪਾਣਗੇ ਕਿਉਂਕਿ ਹੁਣ ਤਾਂ ਕਿ ਜਿਹੜੇ ਲੜਾਈ ਝਗੜੇ ਸਾਡੇ ਘਰ ਦੇ ਚੱਲਦੇ ਹੀ ਰਹੇ ਨੇ ਸੰਤੀ ਨਾ ਮੇਰੀ ਮੇਰਾ ਕੱਲ ਦਾ ਮਹਾਦੋਸ਼ ਕੱਲੀ ਦਾ ਮਹਾਦੋਸ਼ ਉਹਨੂੰ ਨਹੀਂ ਸਮਝਾਂਦਾ ਹੁਣ ਤੇਰੀ ਮਾਤਾ ਸਮਾਨ ਵੱਡੀ ਪਰਜਾਈ ਜਿਹੜਾ ਨਾ ਅੱਗਿਆ ਦੇਖਾ ਨਾ ਪਿੱਛਾ ਮਾਰ ਚੱਕਦੂ ਚੱਕਦੂ ਕਰਦੀ ਰਹਿੰਦੀ ਏ ਹਰ ਵੇਲੇ ਸੁੰਦਰ ਉਹ ਮੈਂ ਤਾਂ ਕਹਿਣਾ ਦੋਨੋਂ ਜਣੀਆਂ ਪਿਆਰ ਨਾਲ ਰੋ ਜੱਗ ਹਸਾਈ ਨਹੀਂ ਕਰਵਾਈਦੀ ਪਹਿਲੇ ਪਾਸੇ ਸੱਜਣ ਕੀ ਕਹਿੰਦਾ ਹੁਣ ਗੱਲ ਮੇਰੀ ਪੱਲੇ ਬੰਨ ਲਓ ਘਰ ਦਾ ਤਫਾਕ ਤਫਾਕ ਯਾਨੀ ਓਲਾ ਪੜਦਾ ਬਣਾਈ ਰੱਖੋ ਦੱਬ ਘੁੱਟ ਕੇ ਗੁਜ਼ਾਰਾ ਕਰੋ ਦੂਜੇ ਪਾਸੇ ਸੱਜਣ ਸੁੰਦਰ ਹੁਣ ਬਾਰ ਬਾਰ ਨਾ ਕਹਿਣਾ ਪਵੇ ਸਮਝੀ ਮੈਂ ਚਲਿਆਂ ਖੇਤ ਰੋਟੀ ਲੈ ਕੇ ਆ ਜਾਈ ਸੱਜਣ ਚੰਗਾ ਸਮਝ ਗਈ ਨਾ ਹੁਣ ਦੁਬਾਰਾ ਨਾ ਹੀ ਗੱਲ ਹੋਵੇ ਰੋਟੀ ਸਵਕਤੇ ਪਹੁੰਚਾ ਦੇ ਕਿਤੇ ਇੱਥੇ ਫਿਰ ਅਸੈਂਬਲੀ ਨਾਲ ਆ ਕੇ ਬਹਿ ਜਾਵੇ ਦੋਵੇਂ ਪਾਸੇ ਦੋਵੇਂ ਭਰਾ ਕਹੀ ਆਦੀ ਚੁੱਕ ਕੇ ਚੱਲਦੇ ਨੇ ਤੇ ਦੋਵੇਂ ਦੱਬੀਆਂ ਕੁੱਟੀਆਂ ਜਿਹੀਆਂ ਉਹਨਾਂ ਨੂੰ ਤੋੜਦਿਆਂ ਨੇ ਅਚਾਨਕ ਦੋਹਾਂ ਦੀ ਨਜ਼ਰਾਂ ਮਿਲਦੀਆਂ ਤੇ ਸਟਿਕ ਹੋ ਜਾਂਦੀਆਂ ਨੇ ਤਾਂ ਬੇਟਾ ਜੀ ਇਹ ਅਸੀਂ ਤੀਸਰੇ ਦ੍ਰਿਸ਼ ਤੱਕ ਪੜ ਲਿਆ ਠੀਕ ਹੈ ਹੁਣ ਚੌਥਾ ਦ੍ਰਿਸ਼ ਜਿਹੜਾ ਅਗੇ ਨੈਕਸਟ ਵੀਡੀਓ ਕੰਟੀਨਿਊ ਕਰਾਂਗੇ ਥੈਂਕ ਯੂ